ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਤੇ ਮੁਲਕ ਦੀ ਸਿਆਸਤ ਦੇ ਵਿੱਚੋਂ ਵੱਡੀ ਖਬਰ, ਰਵਨੀਤ ਬਿੱਟੂ ਕਾਂਗਰਸ ਦੇ ਸਿਟਿੰਗ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ। ਉਹ ਪਹਿਲਾਂ ਕੀ ਕਹਿੰਦੇ ਸੀ ਤੇ ਹੁਣ ਕੀ ਕਹਿ ਰਹੇ ਨੇ ਬੀਜੇਪੀ ਚ ਸ਼ਾਮਿਲ ਹੋਣ ਤੋਂ ਬਾਅਦ, ਕਾਫੀ ਮਾਇਨੇ ਰੱਖਦੇ ਨੇ। ਜਦੋਂ ਕਹਿੰਦੇ ਨੇ ਕਿ ਮੇਰੇ ਅਮਿਤ ਸ਼ਾਹ ਹੋਰਾਂ ਦੇ ਨਾਲ ਪਿਛਲੇ 10 ਸਾਲ ਤੋਂ ਬੜੇ ਗੂੜੇ ਸੰਬੰਧ ਨੇ, ਇਹਨਾਂ ਸਾਰੇ ਸਵਾਲਾਂ ਨੂੰ ਅਸੀਂ ਅੱਗੇ ਵਧਾਵਾਂਗੇ। ਪ੍ਰੋਫੈਸਰ, ਸਵਾਗਤ ਹੈ ਤੁਹਾਡਾ। ਤੇ ਇਸ ਜਿਹੜੀ ਸਿਆਸੀ ਜਿਹੜੀ ਇੱਕ ਹਲਚਲ ਹੈ, ਇਹਨੂੰ ਕਿਵੇਂ ਵੇਖਿਆ ਜਾਏ ਮੁਲਕ ਤੇ, ਖਾਸ ਕਰ ਪੰਜਾਬ ਦੀ ਸਿਆਸਤ ਦੇ ਸੰਦਰਭ ਚ, ਖਾਸ ਕਰ ਜਦੋਂ ਇੰਡੀਆ ਗੱਠਜੋੜ ਨੂੰ ਲੈ ਕੇ ਅਸੀਂ ਲਗਾਤਾਰ ਚਰਚਾਵਾਂ ਕਰਦੇ ਹਾਂ ਕਿ ਉਹੀ ਟੱਕਰ ਦੇ ਸਕਦਾ। ਕਈ ਮਾਨੇ ਆ ਇਹਦੇ। ਇੱਕ ਤੇ ਇਹ ਆ ਕਿ ਜੋ ਬੀਜੇਪੀ ਦੀ ਲਗਾਤਾਰ ਪਾਲਿਸੀ ਆ ਕਿ ਬੰਦੇ ਇਧਰੋਂ ਉਧਰੋਂ ਪੱਟਣੇ ਤੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨਾ, ਉਹ ਲਗਾਤਾਰ ਜਾਰੀ ਆ। ਜੇ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਆ ਕਿ ਪਾਰਟੀ ਨੂੰ ਹੀ ਸਾਰੀ ਨੂੰ ਕਰੇਨ ਪਾ ਕੇ ਚੱਕ ਲਿਆ ਜਾਏ, ਹਾਈਜੈਕ ਕਰ ਲਿਆ ਜਾਏ, ਤਾਂ ਉਹ ਵਧੀਆ ਆ। ਜਿਵੇਂ ਕਿ ਮਹਾਰਾਸ਼ਟਰ ਵਿੱਚ ਹੋਇਆ, ਦੋ ਪਾਰਟੀਆਂ ਤੋੜ ਕੇ ਉਹਨਾਂ ਦੇ ਸਿੰਬਲਾਂ ਦੇ ਨਾਲ ਆਪਣੇ ਨਾਲ ਜੋੜ ਕੇ ਉੱਥੇ ਸਰਕਾਰ ਬਣਾ ਲਈ। ਇਸ ਕਿਸਮ ਦਾ ਕੰਮ ਪਹਿਲੀ ਕੋਸ਼ਿਸ਼ ਇਹ ਆ। ਜੇ ਪੂਰੀ ਪਾਰਟੀ ਨਹੀਂ ਤੇ ਫਿਰ ਇੱਕ ਧੜਾ ਲੈ ਲਿਆ ਜਾਏ ਤੇ ਉਹਨਾਂ ਨੂੰ ਦੁਬਾਰਾ ਚੋਣਾਂ ਕਰਾ ਲਈਆਂ ਜਾਣ। ਜਿਵੇਂ ਕਿ ਹਿਮਾਚਲ ਦੇ ਵਿੱਚ 6 ਬੰਦੇ ਜਿਹੜੇ ਆ ਉਹ ਐਮ ਐਲ ਏ ਤੋਂ ਪਹਿਲਾਂ ਤੁਸੀਂ ਰਾਜ ਸਭਾ ਦੀਆਂ ਉਹਨਾਂ ਦੀਆਂ ਟਿਕਟਾਂ ਲੈ ਲਈਆਂ ਤੇ ਮਗਰੋਂ ਉਹਨਾਂ ਨੂੰ ਜੁਆਇਨ ਕਰਾ ਕੇ ਉਸੇ ਜਗ੍ਹਾ ਤੇ ਉਹਨਾਂ ਬੰਦਿਆਂ ਨੂੰ ਕਮਲ ਦੇ ਉੱਤੇ ਜਿਹੜੇ ਕੱਲ 5 ਦੇ ਉੱਤੇ ਜਿੱਤ ਕੇ ਆਏ ਸੀਗੇ, ਅਜੇ ਹੁਣੇ ਹੁਣੇ ਦੇ ਵੋਟਾਂ ਪੈ ਗਏ ਹਟੀਆਂ ਹਿਮਾਚਲ 'ਚ, ਤੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਆਪਣੇ ਆਪਣੇ ਏਰੀਏ 'ਚ ਕਮਲ ਵਾਲੀਆਂ ਟਿਕਟਾਂ ਜਾਣੀ ਬੀਜੇਪੀ ਦੇ ਵਿੱਚ ਜੁਆਇਨ ਕਰਾ ਕੇ ਬੀਜੇਪੀ ਦੀਆਂ ਟਿਕਟਾਂ ਦੇ ਦਿੱਤੀਆਂ। ਇਹਦੀ ਕੜੀ ਦੇ ਵਿੱਚ ਹੀ ਤੁਸੀਂ ਇਸ ਨੂੰ ਦੇਖੋਗੇ ਕਿ ਕਿੱਥੇ ਕਿੱਥੇ ਹੁਣ ਤੇ ਉਹ ਜਿਸ ਤਰ੍ਹਾਂ ਕਾਲੀ ਨੇਰੀ ਆਈ ਆ, ਭਾਂਡੇ ਟਿੰਡੇ ਸਾਂਭ ਲਓ, ਸਾਡੇ ਛੋਟੇ ਹੁੰਦੇ ਆ ਬੋਲੀ ਪਾਉਂਦੇ, ਮਤਲਬ ਕਹਿੰਦੇ ਹੁੰਦੇ ਸੀਗੇ ਨਿਆਣਿਆਂ ਨੂੰ, ਇਹ ਕਾਲੀ ਨੇਰੀ ਆਈ ਆ। ਕਾਂਗਰਸ ਨੂੰ ਤੇ ਆਪਣਾ ਘਰ ਦੇਖਣਾ ਚਾਹੀਦਾ, ਵੈਸੇ ਤੇ ਸਾਰਿਆਂ ਨੂੰ ਦੇਖਣਾ ਚਾਹੀਦਾ ਜਿਹੜੇ ਵੀ ਘਰ ਹੈਗੇ। ਪਹਿਲਾਂ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਬੀਜੇਪੀ ਜਿਹੜੀ ਆ ਖੁੰਡੀ ਪਾਊਗੀ ਅਕਾਲੀ ਦਲ ਨੂੰ, ਅਕਾਲੀ ਦਲ ਨੂੰ, ਅਕਾਲੀ ਦਲ ਨੂੰ। ਫਿਰ ਸਾਫ਼ ਹੋ ਗਿਆ ਕਿ ਅਮਿਤ ਸ਼ਾਹ ਬੜਾ ਇਸ ਵੇਲੇ ਸਖ਼ਤ ਮੂਡ ਦੇ ਵਿੱਚ ਆ, ਉਹ ਬਿਲਕੁਲ ਕਿਸੇ ਕਿਸਮ ਨਾਲ ਲਿਫਣਾ ਤੇ ਝੁਕਣਾ ਜਾਂ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਤੇ ਜੋ ਅਕਾਲੀ ਦਲ ਨੇ ਮੀਟਿੰਗਾਂ ਰੱਖੀਆਂ ਸੀਗੀਆਂ ਉਹਦੇ ਤੋਂ ਉਹ ਪਿੱਛੇ ਹਟ ਗਏ, ਤੇ ਉਹ ਤੇ ਹੁਣ ਅਕਾਲੀ ਦਲ ਤੇ ਉਹਨਾਂ ਦੇ ਜਾਣੀ ਜਬਾੜੇ ਚੋਂ ਨਿਕਲ ਕੇ ਬਾਹਰ ਆ ਗਿਆ। ਇਹ ਜਿਹੜਾ ਬੰਦਾ ਆ ਉਹ ਜਬਾੜੇ ਦੇ ਵਿੱਚ ਆ ਗਿਆ ਔਰ ਉਹਨਾਂ ਨੇ ਲੈ ਗਏ। ਵੈਸੇ ਜੇ ਦੇਖਿਆ ਜਾਏ ਤੇ ਕਾਂਗਰਸ ਨੂੰ ਇਹ ਸੋਚਣਾ ਬਣਦਾ ਅੱਜ ਦੀ ਤਰੀਕ ਦੇ ਵਿੱਚ ਕਿ ਉਹਨਾਂ ਦੇ ਅੰਦਰ ਕਿਹੜੇ ਕਿਹੜੇ ਬੰਦੇ ਹੋਰ ਇਹੋ ਜਿਹੇ ਬੈਠੇ ਆ ਜਿਹੜੇ ਟਿਕਟ ਤੇ 5 ਤੋਂ ਲੈਂਦੇ ਆ, ਕੰਮ ਬੀਜੇਪੀ ਵਾਲਾ ਕਰਦੇ ਆ, ਆਰਐਸਐਸ ਵਾਲਾ ਕੰਮ ਕਰਦੇ। ਤੁਸੀਂ ਇਹਦੀ ਭਾਸ਼ਾ ਤੇ ਦੇਖੋ ਕਿਹੋ ਜਿਹੀ ਭਾਸ਼ਾ ਹੁੰਦੀ ਸੀ। ਹਮੇਸ਼ਾ ਇਹ ਭਾਸ਼ਾ ਹੁੰਦੀ ਸੀ, ਖਾੜਕੂ ਸਿੱਖ ਫਲਾਨਾ, ਮੇਰੇ ਦਾਦਾ ਜੀ ਨੇ ਇੰਜ ਕੀਤਾ, ਉਹ ਸ਼ਹੀਦੇ ਆਜ਼ਮ ਵੀ ਕਹਿ ਗਏ ਪੰਜਾਬੀ ਦੇ ਵਿੱਚ, ਫਿਰ ਉਹਨਾਂ ਨੂੰ ਸ਼ਹੀਦ ਕਹਿ ਗਏ ਜਾਂ ਇਸ ਤਰ੍ਹਾਂ। ਪੰਜਾਬ ਦੇ ਲੋਕ ਜਾਣਦੇ ਆ ਕਿ ਉਹ ਇੱਕ ਪੋਲੀਟੀਕਲ ਬੈਟਲ ਸੀ, ਉਹਨੂੰ ਤੁਸੀਂ ਸ਼ਹੀਦ ਕਹੋ ਜਾਂ ਕੁਛ ਵੀ ਕਹੋ, ਤੁਹਾਡੇ ਉਹ ਆਪਣੇ ਦੇਖੋ ਆਪਣਾ ਇੱਕ ਇਮੋਸ਼ਨ ਅਟੈਚ ਹੁੰਦੀ ਆ, ਤੁਸੀਂ ਉਹਨਾਂ ਦੀ ਲੈਗੇਸੀ ਨੂੰ ਅੱਗੇ ਲੈ ਕੇ ਕਾਂਗਰਸ ਦੇ ਵਿੱਚ ਹੀ ਤੇ ਆਪਣੀਆਂ ਇੰਨਾ ਚਿਰ ਸੱਤਾ ਦਾ ਆਨੰਦ ਮਾਣਿਆ ਆ। ਤੁਸੀਂ 3 ਵਾਰੀ MP ਰਹਿ ਚੁੱਕੇ ਆ, 1 ਵਾਰੀ ਆਨੰਦਪੁਰ ਸਾਹਿਬ ਤੋਂ, 2 ਵਾਰੀ ਲੁਧਿਆਣੇ ਤੋਂ, ਤੇ ਤੁਸੀਂ ਅੰਦਾਜ਼ਾ ਤੇ ਲਾ ਕੇ ਦੇਖੋ ਕਿ ਜਿਹੜੇ ਬੰਦੇ ਨੇ ਇੰਨਾ ਨਮਕ ਬੋਰੀਆਂ ਭਰ ਕੇ ਖਾ ਗਿਆ ਹੋਵੇ ਕਾਂਗਰਸ ਦਾ, ਤੇ ਜਾ ਕੇ ਹੁਣ ਸਲੂਣਾ ਉੱਧਰ ਜਾਣੀ ਉਹਨੂੰ ਸਵਾਦ ਜੈਕੇਦਾਰ ਲੱਗਾ ਕਿ ਹੁਣ ਕਮਲ ਨੂੰ ਵੀ ਮੂੰਹ ਮਾਰਨਾ ਆ। ਇਹ ਤੇ ਭਈ ਹੱਦ ਹੀ ਹੈ। ਇਹ ਬੰਦੇ ਹੈ ਕਿ ਕੀ ਹੈ ਇਹ, ਸਾਨੂੰ ਨਹੀਂ ਸਮਝ ਲੱਗਦੀ। ਕਿਹਨੇ ਕਿਹਾ ਸੀਗਾ ਕਿ ਮੈਂ ਕਿਹਾ ਕਿ ਅਸੁਰ ਜਾਣੀ ਬਹੁਤ ਸ਼ਕਤੀ ਜਾਣੀ ਅਸੁਰ ਦੀ ਸ਼ਕਤੀ ਹੁੰਦੀ ਆ, ਉਹ ਸ਼ਕਤੀ ਜਾਣੀ ਇਕੱਠੀ ਕਰ ਲਈ ਹੈ ਕੇਂਦਰ ਦੇ ਵਿੱਚ, ਇਸ ਤਰੀਕੇ ਨਾਲ ਹੀ ਸ਼ਕਤੀ ਇਕੱਠੀ ਕੀਤੀ ਹੈ, ਤੇ ਤੌਰ ਤਰੀਕੇ ਵੀ ਉਹ ਹੀ ਹੈ, ਇਹ ਉਹਨਾਂ 'ਚ ਸ਼ਾਮਿਲ ਹੋ ਗਿਆ। ਜਾਣੀ ਇੰਨੀ ਸ਼ਰਮੀ ਕਹੋ ਤੁਸੀਂ, ਤੁਸੀਂ ਸੋਚ ਕੇ ਦੇਖੋ ਕਿ ਕਹਿ ਰਹੇ ਕਿ ਮੈਂ ਤੇ ਉਹਨਾਂ ਦੇ ਨਾਲ 10 ਸਾਲਾਂ ਦਾ ਸੀਗਾ, ਤੇ ਕਾਂਗਰਸ ਸੁੱਤੀ ਪਈ ਸੀਗੀ, ਪਹਿਲਾਂ ਹੀ ਉਹਨੂੰ ਬਾਹਰ ਕਰਦੇ। ਤੁਸੀਂ ਘਿਓ ਵਾਰ ਵਾਰ ਟਿਕਟਾਂ ਦੇ ਰਹੇ, ਤੁਹਾਨੂੰ ਬੰਦੇ ਹੱਥ ਖੜੇ ਕਰਨ ਵਾਲੇ ਚਾਹੀਦੇ ਆ। ਜਾਣੀ ਜਿਹੜੀ ਉਹਨਾਂ ਦੀ ਭਾਸ਼ਾ ਹੁੰਦੀ ਸੀ ਉਹ ਹਮੇਸ਼ਾ ਬੀਜੇਪੀ ਵਾਲੀ ਭਾਸ਼ਾ ਸੀਗੀ,
ਕੋਈ ਉਸ ਤਰੀਕੇ ਦੀ ਕਾਂਗਰਸ ਵਾਲੀ ਭਾਸ਼ਾ ਸੈਕੂਲਰ ਧਰਮਾਂ ਤੋਂ ਉੱਪਰ ਉੱਠੀ ਹੋਈ ਭਾਸ਼ਾ ਨਹੀਂ ਸੀ। ਅਸੀਂ ਐਂਟੀ ਐਂਟੀ ਸਿੱਖ ਪੋਲੀਟਿਕਸ ਖਾਸ ਕਰ, ਉਹਨਾਂ ਨੂੰ ਬੜਾ ਇਸ ਗੱਲ ਦਾ ਗੁੱਸਾ ਆਉਂਦਾ ਸੀਗਾ। ਲੋਕ ਦੋ ਕਰਕੇ ਜਸਟੀਫਾਈ ਕਰਦੇ ਸੀਗੇ, ਘੱਟੋ ਘੱਟ ਮੈਂ ਇਸ ਨੂੰ ਸੋਚਦਾ, ਇੱਕ ਤਾਂ ਚਲੋ ਜੀ ਉਹਨਾਂ ਨੂੰ ਦਾਦੇ ਦਾ ਦਰਦ, ਪਰ ਜਦੋਂ ਤੁਸੀਂ ਪੋਲੀਟਿਕਸ ਵਿੱਚ ਆ ਫਿਰ ਦਾਦਾ ਜਾਂ ਹੋਰ ਨਹੀਂ, ਵਿਚਾਰ ਨੂੰ ਲਓ, ਲੋਕ ਲਓ, ਲੋਕਾਂ ਦੀ ਸੋਚ ਨੂੰ ਲਓ, ਲੋਕਾਂ ਦੀ ਭਲਾਈ ਨੂੰ ਲਓ, ਉਹ ਪ੍ਰਾਇਮਰੀ ਗੱਲਾਂ ਹੋਣੀਆਂ ਚਾਹੀਦੀਆਂ। ਪਾਰਟੀ ਦਾ ਵਿਚਾਰ ਪ੍ਰਾਇਮਰੀ ਹੋਣਾ ਚਾਹੀਦਾ, ਨਾ ਕਿ ਦਾਦੇ ਦੀ ਦਰਦ ਲਗਾਤਾਰ ਦਰਦ ਤੁਹਾਡੇ ਕਰੀ ਜਾਏ ਤੇ ਤੁਸੀਂ ਦੂਜੀਆਂ ਦੇ ਪੋਲੀਟਿਕਸ ਦੇ ਵਿਰੁੱਧ ਲਗਾਤਾਰ ਉਹੋ ਜਿਹੇ ਬਚਨ ਬਲਾਸ ਕਰੋ ਜਿਹੜੇ ਕਿ ਬਿਲਕੁਲ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੁੰਦੇ, ਸਖ਼ਤ ਤੇ ਬੜੇ ਨਫ਼ਰਤ ਭਰੇ ਤੁਸੀਂ ਗੱਲਾਂ ਕਰਦੇ ਸੀਗੇ, ਜਿਹੜੀ ਸੁਸਾਇਟੀ ਨੂੰ ਕਮਜ਼ੋਰ, ਪੰਜਾਬ ਨੂੰ ਕਮਜ਼ੋਰ ਕਰਨ ਵਾਲੇ ਸ਼ਬਦ ਕਰਦੇ ਸੀ। ਦੂਜੀ ਗੱਲ, ਮੇਰਾ ਜੀ ਉਹਨਾਂ ਦੇ ਨਾਲ ਲਗਾਤਾਰ ਅਮਿਤ ਸ਼ਾਹ ਦੇ ਨਾਲ ਰਿਹਾ, ਪ੍ਰਧਾਨ ਮੰਤਰੀ ਜੀ ਤੇ ਬਹੁਤ ਹੀ ਵਧੀਆ, ਤੇ ਫਿਰ ਚਰਨੀ ਪੈ ਜਾਓ ਜਾ ਕੇ ਉੱਥੇ, ਹਾਂ ਲਾਓ ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਦੇ ਵਿੱਚ, ਜੇ ਇਹੋ ਹੀ ਸੀਗੇ ਤੇ ਕਾਂਗਰਸ ਨੂੰ ਇਹ ਦੂਜਾ ਸਾਨੂੰ ਇਹ ਲੱਗਦਾ ਸੀਗਾ, ਦੂਜਾ ਸਾਨੂੰ ਇਹ ਲੱਗਦਾ ਸੀ ਵੀ ਇੱਕ ਤੇ ਪਿਓ ਦਾਦਾ ਜੀ ਦੀ ਦਰਦ ਕਰਕੇ, ਦੂਜਾ ਅਰਬਨ ਸੀਟ ਕਰਕੇ ਲੁਧਿਆਣੇ ਬਹੁਤ ਸਾਰੇ ਹਿੰਦੂ ਵੋਟ ਹੈਗੀ ਆ, ਬਹੁਤ ਸਾਰੀ ਮਾਈਗ੍ਰੈਂਟ ਲੇਬਰ ਆ, ਉਹਨਾਂ ਦੀਆਂ ਵੋਟਾਂ ਵੀ ਬਣੀਆਂ ਹੋਣਗੀਆਂ, ਤੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ ਕਾਂਗਰਸ ਦੇ ਹਿੱਤ ਵਿੱਚ ਇਹੋ ਜਿਹੀ ਭਾਸ਼ਾ ਉਹ ਬੋਲਦੇ, ਇਗਨੋਰ ਕਰਦੇ ਸੀਗੇ ਲੋਕ। ਪਰ ਆਹ ਜਿਹੜੀ ਬਿਲਕੁਲ ਹੀ ਚੱਕ ਕੇ ਉੱਧਰ ਜਾ ਕੇ ਤੁਸੀਂ ਐਨ ਮੌਕੇ ਤੇ ਬੈਠ ਗਏ ਆ, ਇਸ ਨੇ ਵੱਡਾ ਝਟਕਾ ਕਾਂਗਰਸ ਨੂੰ ਪੰਜਾਬ ਦੇ ਵਿੱਚ ਦਿੱਤਾ, ਬਾਜਵਾ ਨੂੰ, ਤੇ ਹੁਣ ਇਹ ਰਾਜਾ ਵੜਿੰਗ ਨੂੰ ਸੋਚਣਾ ਬਣਦਾ ਕਿ ਵਿੱਚੋਂ ਹੋਰ ਦੇਖ ਲਓ ਕਿ ਕਈ ਉਹਨਾਂ ਦੇ ਲੁਧਿਆਣੇ 'ਚ ਹੋਰ ਜਾ ਰਿਹਾ ਆਸ਼ੂ ਹੁਣਾਂ ਵਰਗੇ। ਪਰ ਮੈਂ ਬੜਾ ਹੈਰਾਨ ਹਾਂ ਕਿ ਆਸ਼ੂ ਹੁਣੀ ਜਦੋਂ ਉਹਨਾਂ 'ਤੇ ਇੰਨਾ ਦਬਾਅ ਪੰਜਾਬ ਵਾਲਿਆਂ ਨੇ ਬਣਾਇਆ ਸੀਗਾ, ਉਦੋਂ ਇਹ ਜਾ ਸਕਦੇ ਸੀ ਉੱਧਰ, ਅਤੇ ਅੱਜ ਵੀ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਇੱਧਰੋਂ ਉੱਧਰੋਂ ਜਿੱਥੇ ਜਿਹਦਾ ਦਾ ਲੱਗੇ ਅਤੇ ਉਹ ਭੱਜ ਲੈਣ। ਇਹ ਬੜੀ ਇੱਕ ਅਫਸੋਸ ਦੀ ਗੱਲ ਹੈ, ਇਹ ਉਦੋਂ ਪੰਜਾਬ ਦੇ ਅੰਦਰ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ ਨੌਨ ਕਾਂਗਰਸ ਲੋਕ ਜਿਹੜੇ ਕਾਂਗਰਸ ਵਿੱਚ ਨਹੀਂ ਹੈ ਉਹ ਇੰਨੀ ਚਿੰਤਾ ਲਾਈ ਬੈਠੇ ਆ ਕਿ ਦੇਸ਼ ਦੇ ਵਿੱਚ ਸੰਵਿਧਾਨ ਤੇ ਡੈਮੋਕ੍ਰੇਸੀ ਤੇ ਲੋਕਤੰਤਰ ਤੇ ਲੋਕ ਆਵਾਜ਼, ਜਾਣੀ ਸਿਵਲ ਸੁਸਾਇਟੀ ਨੂੰ ਬਚਾਉਣ ਲਈ ਜਿਹੜੀ ਹੈ, ਲੋਕਾਂ ਦੇ ਜਿਹੜੀ ਆਵਾਜ਼ ਨੂੰ ਬਚੇ ਰੱਖਣ ਲਈ, ਜਿਹੜੀ ਡਿਸੈਂਟਿੰਗ ਵਾਇਸ ਹੁੰਦੀ ਹੈ, ਜਿਹੜੀ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਬਚਾਉਣ ਲਈ ਸਾਨੂੰ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੀਦਾ, ਅਤੇ ਧਰਮਵੀਰ ਗਾਂਧੀ ਵਰਗੇ ਡੈਡੀਕੇਟਡ ਐਕਟਿਵਿਸਟ, ਸੋਸ਼ਲ ਵਰਕਰ, ਡਾਕਟਰ, ਉਹ ਚਰਚਾ ਚੱਲੀ ਹੋਈ ਕਿ ਕਾਂਗਰਸ ਨੂੰ ਜੁਆਇਨ ਕਰਨਗੇ, ਅਤੇ ਕਾਂਗਰਸ ਵਾਲਿਆਂ ਦਾ ਹਾਲ ਤੁਸੀਂ ਦੇਖ ਲਓ ਕੀ ਹੈ ਤੁਹਾਡੇ ਸਾਹਮਣੇ। ਇਹ ਤਾਂ ਬਿਲਕੁਲ ਜਾਣੀ ਬਹੁਤ ਮੌਕੇ 'ਤੇ ਚੋਟ ਮਾਰੀ ਆ ਵੱਡੀ ਨਵਦੀਪ ਬਿੱਟੂ ਨੇ ਪੰਜਾਬ ਦੀ ਕਾਂਗਰਸ ਨੂੰ, ਅਤੇ ਤੁਰੰਤ ਇਸ ਦਾ ਨੋਟ ਕੇਂਦਰੀ ਲੀਡਰਸ਼ਿਪ ਨੂੰ ਲੈ ਕੇ ਇਸ ਦੇ ਬਾਰੇ ਆਪਣਾ ਬਿਆਨ ਦੇਣਾ ਚਾਹੀਦਾ, ਤਾਂ ਕਿ ਇਹਦੋਂ ਪਹਿਲਾਂ ਕਿ ਕੋਈ ਹੋਰ ਇਸ ਦੇ ਅਰਥ ਕੱਢੇ ਜਾਣ ਜਾਂ ਇਹਦਾ ਹੋਰ ਨੁਕਸਾਨ, ਡੀਮੋਰਲਾਈਜ਼ਿੰਗ ਇਫੈਕਟ ਇਹਦਾ ਪੰਜਾਬ ਦੀ ਕਾਂਗਰਸ ਉੱਤੇ ਜਾਂ ਦੇਸ਼ ਦੀਆਂ ਇਹਦੀਆਂ ਗੱਲਾਂ 'ਤੇ ਹੋਵੇ। ਘੱਟੋ ਘੱਟ ਇੱਥੇ ਇਸ ਰੀਜਨ 'ਚ ਤਾਂ ਉਹ ਕੋਈ ਇਹੋ ਜਿਹਾ ਐਮ ਪੀ ਨਹੀਂ ਜਿਹੜਾ ਬਿਲਕੁਲ ਹੀ ਦਿਖਦਾ ਹੀ ਨਹੀਂ ਜਾਂ ਜਿਹਨੂੰ ਕੋਈ ਜਾਣਦੇ ਨਹੀਂ, ਬੋਲਣ ਵਾਲਾ ਆ, ਮਤਲਬ ਆਪਣੇ ਤੌਰ 'ਤੇ ਕਰਦਾ ਰਹੇ ਜੋ ਵੀ ਹੈ ਕਿ ਉਹ ਇੱਕ ਪਬਲਿਕ ਗਾਜ਼ ਦੇ ਵਿੱਚ ਐਮ ਪੀ ਹੈਗਾ, ਉਹਦਾ ਉੱਧਰ ਚਲੇ ਜਾਣਾ ਕਾਂਗਰਸ ਲਈ ਇੱਕ ਬਹੁਤ ਹੀ ਮੰਦਭਾਗੀ ਘਟਨਾ ਅਤੇ ਦੁਰਘਟਨਾ ਮੈਂ ਕਹੂੰਗਾ, ਔਰ ਇਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਇਸੇ ਤਰ੍ਹਾਂ ਹੀ ਕੇਰਾ ਕਿਰਦਾ ਰਹੂਗਾ ਕਿ ਜਾਂ ਇਹ ਬੋਰੀ ਦਾ ਮੂੰਹ ਬੰਦ ਹੋ ਜਾਊਗਾ। ਪ੍ਰੋਫੈਸਰ, ਇਹਦੇ ਵਿੱਚ ਇਹ ਵੀ ਹੈ ਨਾ ਕਿ ਕਾਂਗਰਸ ਦੀ ਤ੍ਰਾਸਦੀ ਇਹ ਆ ਕਿ ਉਹਨਾਂ ਦੇ ਵਿੱਚ ਜਿਵੇਂ ਕਹਿੰਦੇ ਕਿ ਜਿਵੇਂ ਕਮਲਨਾਥ ਦੀ ਗੱਲ ਆਉਂਦੀ ਹੈ ਜਾਂ ਟਾਈਟਲਰ ਦੀ ਗੱਲ ਆਉਂਦੀ ਜਾਂ ਹੋਰ ਇਹੋ ਜਿਹੇ ਬੜੇ ਚਿਹਰੇ ਜਿਹਨਾਂ ਨੂੰ ਪੁਸ਼ਤ
ਪਿੱਛੇ ਜੇ ਕਮਲਨਾਥ ਉਹਨਾਂ ਦਾ ਵੀ ਬੜਾ ਰੌਲਾ ਪਿਆ ਸੀ ਚੱਲੇ ਬੀਜੇਪੀ, ਜਦੋਂ ਬੀਜੇਪੀ ਤੇ ਸਵਾਲ ਉੱਠੇ ਕਿ ਜਿਹੜੇ ਕਮਲਨਾਥ ਦੇ ਉੱਤੇ 84 ਸਿੱਖ ਕਤਲੇਆਮ ਨੂੰ ਲੈ ਕੇ ਉਂਗਲ ਉੱਠਦੀ ਹੈ ਉਹ ਤੁਹਾਡੇ ਜਾ ਰਹੇ ਨੇ, ਤਾਂ ਤੁਹਾਡਾ ਸਿੱਖ ਕਤਲੇਆਮ ਨੂੰ ਲੈ ਕੇ, ਖਾਸ ਕਰ ਪੰਜਾਬ ਦੇ ਪੰਥਕ ਮਸਲੇ ਨੂੰ ਲੈ ਕੇ ਤੁਹਾਡਾ ਕੀ ਰਵੱਈਆ? ਹਾਲਾਂਕਿ ਉਹ ਬੈਕ ਕਰਕੇ ਕਿ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਪਰ ਇੱਥੇ ਵੀ ਇੱਥੇ ਪੰਜਾਬ ਚ ਵੀ ਇਹੀ ਆ ਰਵਨੀਤ ਬਿੱਟੂ ਦੀ ਗੱਲ। ਇਸ ਤੋਂ ਪਹਿਲਾਂ ਪਰਨੀਤ ਕੌਰ ਹੋਣੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਨੇ, ਉਹਨਾਂ ਨੂੰ ਜਦੋਂ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਸਪੈਂਡ ਕਰਦੇ ਹਾਂ ਜੋ ਵੀ ਕਰਦੇ ਹਾਂ, ਬਹੁਤਾ ਚਿਰ ਉਹਨਾਂ ਦੇ ਬਾਰੇ ਮੂੰਹ ਨਹੀਂ ਖੋਲਿਆ ਗਿਆ, ਹੁਣ ਉਹ ਸਿੱਧੇ ਤੌਰ ਤੇ ਬੀਜੇਪੀ ਜਾ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਕੁਰਸੀ ਤੋਂ ਲਾਇਆ। ਕਾਂਗਰਸ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਕਿ ਉਹਨਾਂ ਦੇ ਅੰਦਰ ਜਿਵੇਂ ਕਹਿੰਦੇ ਨੇ ਕਿ ਬੁੱਕਲ ਦੇ ਵਿੱਚ ਜਿਹੜਾ ਉਹ ਜਿਸ ਵੀ ਢੰਗ ਨਾਲ ਜਿਹੜੇ ਵੀ ਸ਼ਬਦ ਵਰਤੇ ਜਾਣ ਕਿ ਉਹ ਸਾਰਾ ਕੁਝ ਚੱਲ ਰਿਹਾ, ਉਹ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਰਵਨੀਤ ਬਿੱਟੂ ਇਹ ਗੱਲ ਇਸ਼ਾਰਾ ਕਰ ਰਹੇ ਨੇ, ਕਹਿ ਰਹੇ ਨੇ ਸਾਫ਼ ਤੌਰ ਦੇ ਉੱਤੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਅਸੀਂ ਗੈਪ ਪੂਰਾ ਕਰਨਾ। ਕਿਵੇਂ ਤੁਸੀਂ ਬੀਜੇਪੀ ਨਾਲ ਲੈ ਕੇ ਪੂਰਾ ਕਰ ਲਓਗੇ? ਫਿਰ ਉਹਦੇ ਵਿੱਚੋਂ ਕਿਸਾਨਾਂ ਦਾ ਵੀ ਗੱਲ ਕਰਨਗੇ ਜੀ, ਉਦੋਂ ਕਿਸਾਨੀ ਅੰਦੋਲਨ ਵੇਲੇ ਗੁਮਰਾਹ ਕੀਤਾ ਗਿਆ ਉਹਨਾਂ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ, ਇਹਦਾ ਕੀ ਅਰਥ ਸਮਝਿਆ ਜਾਵੇ? ਬਿਲਕੁਲ, ਮੈਂ ਦੋ ਗੱਲਾਂ ਕਰੂੰਗਾ ਕਿ ਕਾਂਗਰਸ ਦੇ ਵਿੱਚ ਦੋ ਕਿਸਮ ਦੇ ਬੰਦੇ ਆ, ਇੱਕ ਤੇ ਅਜੇ ਵੀ ਜਿਹੜੇ ਪੁਰਾਣੀ ਕਾਂਗਰਸ ਸੀਗੀ ਉਸ ਨੂੰ ਅੱਗੇ ਲਿਜਾਣਾ ਚਾਹੁੰਦੇ, ਜਿਹਦੇ ਚ ਰਾਹੁਲ ਗਾਂਧੀ ਖੜਗੇ ਵਗੈਰਾ ਲੱਗਦੇ ਆ। ਹੁਣ ਅਸਲੀਅਤ ਕਿੰਨੀ ਕਿ ਇਹ ਨਹੀਂ ਮੈਂ ਕਹਿੰਦਾ, ਪਰ ਉਹਨਾਂ ਦੇ ਭਾਸ਼ਣਾਂ ਤੋਂ, ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੀਆਂ ਯਾਤਰਾਵਾਂ ਤੋਂ ਇਹ ਲੱਗਦਾ ਕਿ ਉਹ ਪੁਰਾਣੇ ਵਾਲੀ ਜਿਹੜੀ ਕਾਂਗਰਸ ਸੀਗੀ, ਨਹਿਰੂਵੀਅਨ ਕਾਂਗਰਸ ਜਾਂ ਇੰਦਰਾ ਗਾਂਧੀ ਤੋਂ ਪਹਿਲੀ ਦੀ, ਉਸ ਨੂੰ ਦੁਬਾਰਾ ਬਹਾਲ ਕਰਨਾ ਚਾਹੁੰਦੇ। ਬਹੁਤ ਸਾਰੇ ਜਿਹੜੇ ਸੱਤਾਧਾਰੀ ਹੋ ਚੁੱਕੇ ਆ ਜਾਂ ਸੱਤਾ ਦਾ ਨਸ਼ਾ ਜਿਹਨਾਂ ਨੂੰ ਜ਼ਿਆਦਾ ਐਡਿਕਟ ਹੋ ਚੁੱਕੇ ਸੱਤਾ ਦੇ ਨਸ਼ੇ ਤੋਂ, ਉਹ ਤੇ ਤੜਫਦੇ ਆ ਜਿਵੇਂ ਮੱਛੀ ਪਾਣੀ ਬਗੈਰ ਤੜਫਦੀ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਨਸ਼ੇੜੀ ਨੂੰ ਇੱਕ ਹੁੰਦਾ ਕਿ ਨਸ਼ੇ ਦੀ ਡੋਜ਼ ਮਿਲਣੀ ਚਾਹੀਦੀ ਆ ਭਾਵੇਂ ਬੰਦਾ ਮਾਰਨਾ ਪੈ ਜੇ, ਇਹਨਾਂ ਦੀ ਹਾਲਤ ਇਹਨਾਂ ਲੋਕਾਂ ਦੀ ਇਹ ਆ। ਪਰ ਇਹਦੀ ਹਾਲਤ ਰਵਨੀਤ ਬਿੱਟੂ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਟਿਕਟ ਦੀ ਮਨਾਹੀ ਹੋਈ ਸੀ ਜਾਂ ਇਹਨੂੰ ਏਡੀ ਵੱਡੀ ਛਾਲ ਮਾਰਨੀ ਚਾਹੀਦੀ। ਜੇ ਨਹੀਂ ਵੀ ਇੱਕ ਵਾਰੀ ਬਣਦਾ ਤੇ ਚੁੱਪ ਕਰਕੇ ਬੈਠਾ ਰਹਿਣਾ ਚਾਹੀਦਾ ਸੀਗਾ, ਫਿਰ ਕੀ ਆ ਹਾਲ? ਤੁਹਾਡਾ ਤੋਂ ਵੀ ਕੋਈ ਠੇਕਾ ਥੋੜ੍ਹੀ ਲਿਆ ਆ। ਇਹ ਗੱਲ ਤੁਸੀਂ ਕਹਿੰਦੇ ਆ, ਉਹ ਮੱਧ ਪ੍ਰਦੇਸ਼ ਦੇ ਵਿੱਚ ਗਏ ਆ, ਮੱਧ ਪ੍ਰਦੇਸ਼ ਵਿੱਚ ਉਹ ਕੀ ਨਾ ਕਮਲਨਾਥ, ਨਹੀਂ 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 ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਚਲੇ ਗਏ ਉਹ, ਮੈਨੂੰ ਉਹਦਾ ਨਾਂ ਨਹੀਂ ਲੈਣਾ ਆਉਂਦਾ, ਸਿੰਧੀਆ, ਜੋਤਿਰਾਦਿੱਤਿਆ ਸਿੰਧੀਆ, ਹਾਂ ਜੋਤਿਰ, ਹਾਂ ਜੋਤਿਰਾਦਿੱਤਿਆ ਸਿੰਧੀਆ, ਉਹ ਬੰਦਾ ਉਹ ਆਪਣੇ ਬੰਦੇ ਲੈ ਕੇ ਜਾਂ ਘੱਟੋ ਘੱਟ ਆਪ ਆਪਣੇ ਧੜੱਲੇ ਦੇ ਨਾਲ ਗਿਆ। ਪਾਇਲਟ ਵਾਰ ਵਾਰ ਉਹਦਾ ਰੌਲਾ ਪੈ ਰਿਹਾ ਸੀ, ਗਹਿਲੋਤ ਦੇ ਨਾਲ ਰਾਜਸਥਾਨ ਤੋਂ ਗਿਆ 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 ਰੌਲਾ ਪੈ ਗਿਆ। ਇਹ ਜਗ੍ਹਾ ਜਗ੍ਹਾ ਇਹੋ ਜਿਹੇ ਰੌਲੇ ਪੈਂਦੇ ਰਹਿੰਦੇ ਆ ਕਾਂਗਰਸ ਦੇ ਅੰਦਰੋਂ ਕਈ ਜਗ੍ਹਾ ਤੇ। ਆ ਜਿੰਦਲ ਕੱਲ ਦੀ ਗੱਲ ਆ, ਚੱਕ ਕੇ ਲੈ ਗਏ। ਹਾਂ ਮਤਲਬ ਤੁਸੀਂ ਹੁਣੇ ਅੱਜ ਬਿੱਟੂ ਨੂੰ ਲੈ ਗਏ, ਮੈਨੂੰ ਤਾਂ ਲੱਗਦਾ ਹੈ ਕਿ ਇਹ ਖੇਡ ਹਨੇਰੀ ਚੜ੍ਹਨ ਤੋਂ ਪਹਿਲਾਂ ਹੀ ਮੈਨੂੰ ਲੱਗਦਾ ਠੋਸ ਨਾ ਕਿਤੇ ਕੰਮ ਕਰ ਦੇਣ ਜੇ ਇਸ ਰੇਟ ਦੇ ਨਾਲ। ਅਜੇ ਤੇ ਜੂਨ ਕਦੋਂ ਆਉਣਾ, ਅਜੇ ਤੇ ਸ਼ੁਰੂਆਤ ਵੀ ਨਹੀਂ ਹੋਈ, ਜੁੰਮਾ ਜੁੰਮਾ ਪਤਾ ਨਹੀਂ ਕਿਹਨੂੰ ਕਿਹਨੂੰ ਇੱਲਾਂ ਚੁੱਕ ਕੇ ਲੈ ਜਾਣਗੀਆਂ। ਇਸ ਲਈ ਇਹ ਗੱਲ ਲੋਕਾਂ ਨੂੰ, ਆਪਣੀਆਂ ਪਾਰਟੀਆਂ ਨੂੰ, ਜਿੱਥੇ ਉਹਨਾਂ ਨੇ ਲੜਾਈ ਦੇ ਮੈਦਾਨ ਦੇ ਆਪਣੀ ਤਿਆਰੀ ਕਰਨੀ ਆ, ਉੱਥੇ ਇਹ ਸਮਝ ਲੈਣ ਕਿ ਜਿਸ ਤਾਕਤ ਦੇ ਨਾਲ ਉਹ ਮੱਥਾ ਲਾਈ ਬੈਠੇ ਆ, ਉਹ ਸੱਚੀ ਮੁੱਚੀ ਹਰ ਤਰੀਕੇ ਦੇ ਨਾਲ, ਹਰ ਹਰਬੇ ਦੇ ਨਾਲ, ਹਰ ਮਤਲਬ ਸਾਧਨਾ ਦੇ ਨਾਲ ਬਿਲਕੁਲ ਇਹ ਫੈਸਲਾ ਕਰ ਚੁੱਕੇ ਆ ਕਿ ਅਸੀਂ ਹਰ ਹਾਲ 'ਤੇ ਜਿੱਤਣੀ ਜਾਂ ਲੁੱਟਣੀ ਇਹ ਇਲੈਕਸ਼ਨ ਦੇ ਵਿੱਚ, ਅਸੀਂ ਸੱਤਾ 'ਚ ਆਉਣਾ ਹੀ ਆਉਣਾ। ਉਹਦੀ ਕੜੀ 'ਚ ਜੇ ਇਸ ਨੂੰ ਬਿੱਟੂ ਨੂੰ ਉੱਧਰ ਜਾਂਦਿਆਂ ਵੀ ਦੇਖੋਗੇ। ਔਰ ਦੂਸਰਾ, ਜਿਹੜੇ ਇਹ ਸੱਤਾ ਦੇ ਜ਼ਿਆਦਾ ਉਹ ਹੋ ਚੁੱਕੇ ਆ, ਜਿਹੜੇ ਬਚਦੇ ਨਹੀਂ ਗੇ, ਉਹ ਅਜੇ ਅੰਦਰ ਕਾਂਗਰਸ 'ਚ ਇੱਕ ਕਾਫੀ ਗਿਣਤੀ ਬੈਠੀ ਆ, ਕਿਉਂਕਿ ਸੱਤਾ 'ਚ ਰਹੀ ਲਗਾਤਾਰ ਪਾਰਟੀ, ਉਹ ਵੀ ਕਾਂਗਰਸ ਨੂੰ ਸੋਚਣਾ ਪਊ ਕਿ ਉਹਨਾਂ ਦਾ ਇੰਤਜ਼ਾਮ ਕੀ ਕਰਨਾ। ਅੱਜ ਵੀ ਗਏ ਕਿ ਕੱਲ ਵੀ ਗਏ, ਇਹੋ ਜਿਹੀ ਹਾਲਾਤ ਬਣੀ ਹੋਈ ਹੈ।
ਫਿਲਹਾਲ ਦੀ ਘੜੀ ਇਸ ਚਰਚਾ ਨੂੰ ਇੱਥੇ ਵਿਰਾਮ ਦਿੰਦੇ ਹਾਂ। ਅਗਲੇ ਸੈਗਮੈਂਟ ਦੇ ਵਿੱਚ ਅਸੀਂ ਚਰਚਾ ਜ਼ਰੂਰ ਸ਼ਾਮਿਲ ਕਰਾਂਗੇ ਕਿ ਇੱਕ ਤਾਂ ਜਿਹੜਾ ਸਿਆਸਤ ਵਿਚਲੇ ਗੈਪ ਦੀ ਗੱਲ ਹੈ, ਦੂਜਾ ਇਹ ਹੈ ਕਿ ਪੰਥਕ ਮਸਲਿਆਂ ਤੋਂ ਜਾਂ ਪੰਜਾਬ ਦੇ ਮਸਲਿਆਂ ਤੋਂ ਬੀਜੇਪੀ ਨੇ ਪਿੱਠ ਕਰ ਲਈ ਹੈ। ਸਾਫ਼ ਸੁਨੇਹਾ ਆ ਰਵਨੀਤ ਬਿੱਟੂ ਦਾ ਉੱਧਰ ਜਾਣਾ, ਜਿਵੇਂ ਉਹ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਬੋਲਦੇ ਨੇ, ਰਾਜੋਆਣਾ ਨੂੰ ਲੈ ਕੇ ਬੋਲਦੇ ਨੇ, ਉਹਨਾਂ ਦੀ ਆਪਣੀ ਸੋਚ ਕੀ, ਉਹ ਰਾਸ਼ਟਰਵਾਦ ਦੇ ਗੁਣਗਾਨ ਕਰਦੇ ਰਹੇ ਨੇ। ਇਹ ਸਭ ਨੂੰ ਕਿਸਾਨੀ ਮੁੱਦੇ ਦੀ ਵੀ ਗੱਲ ਕਰਾਂਗੇ ਕਿ ਹੁਣ ਰਵਨੀਤ ਬਿੱਟੂ ਜਾਂ ਬੀਜੇਪੀ ਨੇ ਜੋ ਸੁਨੇਹਾ ਪੰਜਾਬ ਨੂੰ ਦਿੱਤਾ ਆ ਤਾਂ ਉਹ ਸਾਫ਼ ਤੇ ਸਪਸ਼ਟ ਆ, ਕੰਧ ਤੇ ਲਿਖਿਆ ਆ, ਅਕਾਲੀ ਦਲ ਵੀ ਪੜ੍ਹ ਲਏ, ਪੰਜਾਬ ਦੇ ਲੋਕ ਵੀ ਪੜ੍ਹ ਲੈਣ, ਕਿਸਾਨ ਵੀ ਪੜ੍ਹ ਲੈਣ। ਸਾਫ਼ ਤੌਰ ਤੇ ਸਿੱਧੇ ਸ਼ਬਦਾਂ 'ਚ ਇਹ ਪੜ੍ਹ ਲਈਏ ਕਿ ਕੇਂਦਰ ਦੀ ਪੰਜਾਬ ਨੂੰ ਲੈ ਕੇ ਮਨਸ਼ਾ ਕੀ ਹੈ, ਉਹ ਇਸ ਜਿਹੜਾ ਰਵਨੀਤ ਬਿੱਟੂ ਦੀ ਉੱਥੇ ਬੀਜੇਪੀ ਦੇ ਵਿੱਚ ਐਂਟਰੀ ਹੋਈ ਹੈ ਉਹ ਤੋਂ ਸਮਝ ਲੈਣਾ ਚਾਹੀਦਾ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਚੌਕੇ ਲੈ ਗਏ, ਅਸੀਂ ਤਾਂ ਇਹ ਗੱਲ ਕਹਾਂਗੇ ਕਿ ਇਹ ਤਿਆਰ ਬੈਠੇ ਨੇ ਕਿ ਕਦੋਂ ਸਾਨੂੰ ਚੌਕੇ ਲੈ ਕੇ ਜਾਓ, ਜਿਵੇਂ ਬਾਹਾਂ ਲਾਰ ਕੇ ਬਹਿ ਜਾਂਦੇ ਨੇ ਕਿ ਆਓ ਆਓ ਸਾਨੂੰ ਲੈ ਜਾਓ, ਅਸੀਂ ਸੱਤਾ ਦੇ ਭੁੱਖੇ ਹਾਂ, ਸਾਨੂੰ ਸਿਰਫ ਕੁਰਸੀ ਚਾਹੀਦੀ ਹੈ, ਸਾਨੂੰ ਨੀ ਮਤਲਬ ਕਿ ਕੌਣ ਉੱਤੇ ਕੇਂਦਰੀ ਲੈਵਲ ਤੇ ਆ ਰਿਹਾ ਕੌਣ ਨਹੀਂ ਆ ਰਿਹਾ, ਉਹਨੇ ਸੰਵਿਧਾਨ ਨੂੰ ਤੋੜਨਾ ਜਾਂ ਉਹਨੇ ਹੋਰ ਜਿਹੜੇ ਮੁਲਕ ਦੇ ਢਾਂਚੇ ਨੂੰ ਤਹਿਸ ਨਹਿਸ ਕਰਨਾ, ਉਹਦੇ ਬਾਰੇ ਕੋਈ ਵਿਚਾਰ ਕਮੈਂਟ ਕਰਿਓ। ਸ਼ੁਕਰੀਆ ਪ੍ਰੋਫੈਸਰ, ਧੰਨਵਾਦ।